ਬਸ ਟਾਈਮ ਪਾਸ ਆ। ਵਧੀਆ ਨਹੀਂ ਲੱਗੀ ਸਟੋਰੀ ਤਾਂ ਹੈ ਨਹੀਂ, ਜਿਹੜੀਆਂ ਪਹਿਲਾਂ ਵਾਲੀਆਂ ਸੀ ਉਹਨਾਂ ਤੋਂ ਜਮਾ ਹੀ ਬੇਕਾਰ। ਸਭ ਤੋਂ ਪਹਿਲੀ ਹੀ ਗਾਂਧੀ ਵਧੀਆ ਸੀ, ਹੁਣ ਤਾਂ 2 ਵੀ ਵਧੀਆ ਸੀ, ਇਹ ਤਾਂ ਬੇਕਾਰ ਹੈ। ਕਿਵੇਂ ਲੱਗੀ ਆ? ਠੀਕ ਸੀ, ਬਸ ਭੋਲੇ ਦੀ ਕਮੀ ਮਹਿਸੂਸ ਹੋਈ। ਅੱਛਾ, ਦੇਵ ਖਰੋੜ ਦੀ ਐਕਟਿੰਗ ਬੜੀ ਵਧੀਆ ਸੀ। ਮਿਊਜ਼ਿਕ ਕਿਵੇਂ ਦਾ ਲੱਗਿਆ, ਗਾਣੇ ਕਿਵੇਂ ਦੇ ਲੱਗੇ? ਗਾਣਾ ਇੱਕ ਹੀ ਹੈ। ਅੱਛਾ, ਆ ਵਧੀਆ ਸੀਗਾ ਉਹਦੇ। ਠੀਕ ਹੈ, ਸੱਗੀ ਵਧੀਆ ਸੀ ਜੀ, ਦੇਵ ਖਰੋੜੀ ਵਧੀਆ ਦਾ ਫਿਲਮ 'ਚ। ਬਸ ਪਹਿਲੀਆਂ ਫਿਲਮਾਂ ਨਾਲੋਂ ਇਹ ਜ਼ਿਆਦਾ ਵਧੀਆ ਸੀ? ਕੋਹ ਜ਼ਿਆਦਾ ਵਧੀਆ ਸੀ? ਇਹ ਵਧੀਆ ਸੀ, ਇਹ ਪਹਿਲੀ ਜ਼ਿਆਦਾ ਵਧੀਆ ਗਾਂਧੀ ਵਨ ਇਹਨ ਵਧੀਆ ਐਕਟਿੰਗ ਹੈ ਜੀ। ਪਹਿਲੇ ਵਾਲੇ ਨਾਲੋਂ ਪਾਰਟਾਂ ਨਾਲੋਂ ਘੈਂਟ ਸੀਗੀ ਇਹ ਵਾਲੀ? ਵਧੀਆ ਜੀ, ਬਹੁਤ ਜੀ, ਪੂਰੀ ਵਧੀਆ ਲੱਗੀ। ਹਾਂਜੀ, ਪੂਰੀ ਐਕਸ਼ਨ ਉਹਦੀ ਖਾਸ ਕੀ ਲੱਗਿਆ ਫਿਲਮ ਦੇ ਵਿੱਚ? ਐਕਸ਼ਨ ਵਧੀਆ ਸੀ ਤੇ ਡਾਇਲੌਗ ਵੀ ਵਧੀਆ ਸੀ ਤੇ ਸਟੋਰੀ ਵੀ ਬਹੁਤ ਵਧੀਆ ਸੀ। ਬਾਕੀ ਇਹਨਾਂ ਨੂੰ ਕਿਵੇਂ ਲੱਗੀ? ਠੀਕ ਲੱਗੀ, ਵਧੀਆ ਲੱਗੀ। ਸਟੋਰੀ ਲਾਈਨ ਕਿੱਦਾਂ ਦੀ ਲੱਗੀ? ਠੀਕ ਹੈ ਜੀ, ਵਧੀਆ ਲੱਗੀ। ਪਹਿਲਾਂ ਵਾਲੀਆਂ ਦੇਖੀਆਂ ਨੇ? ਹਾਂਜੀ, ਪਹਿਲਾਂ ਵਾਲੀਆਂ ਦੇਖੀਆਂ ਨੇ ਫਿਲਮਾਂ ਇਹਨਾਂ ਦੀਆਂ ਪਾਰਟ 1 ਪਾਰਟ 2, ਉਹਨਾਂ ਤੋਂ ਕਿੰਨੀ ਕੁ ਹਟ ਕੇ ਆਈ ਫਿਲਮ? ਠੀਕ ਹੈ ਜੀ, ਸੀਨ ਵਧੀਆ ਦੇ ਉਸ ਤੋਂ ਵਧੀਆ ਸੀਨ ਦੇ ਵਧੀਆ ਹੀ ਵਧੀਆ, ਪਹਿਲਾਂ ਵਾਲੀ ਜ਼ਿਆਦਾ ਵਧੀਆ ਸੀ, ਹੁਣ ਵਾਲੀ ਥੋੜੀ ਘੱਟ ਵਧੀਆ। ਕੀ ਕਮੀ ਕੀ ਲੱਗੀ ਇਹਦੇ ਵਿੱਚ, ਸਟੋਰੀ ਲਾਈਨ 'ਚ ਕਮੀ ਲੱਗੀ ਕੀ ਲੱਗੀ? ਹੁਣ ਕਿਆ ਦੱਸੀਏ ਤੁਹਾਨੂੰ, ਪਹਿਲਾਂ ਵਾਲੀ ਜ਼ਿਆਦਾ ਵਧੀਆ ਸੀ। ਠੀਕ, ਬਹੁਤ ਵਧੀਆ ਫਿਲਮ ਹੈ ਜੀ। ਗਾਂਧੀ 3 ਦੇਖਣ ਆਏ ਸੀਗੇ ਤੇ ਵਧੀਆ ਫਿਲਮ ਹੈ, ਥਰਡ ਪਾਰਟ ਮਤਲਬ ਐਜ਼ ਆਲਵੇਜ਼ ਵਧੀਆ, ਦੇਵ ਖਰੋੜ ਦੀ ਐਕਟਿੰਗ ਵਧੀਆ। ਕਈਆਂ ਦਾ ਕਹਿਣਾ ਕਿ ਪਹਿਲੇ ਪਾਰਟ ਨਾਲੋਂ ਜ਼ਿਆਦਾ ਵਧੀਆ ਨਹੀਂ ਹੈਗੀ। ਪਹਿਲੇ ਪਾਰਟ ਨਾਲੋਂ ਜ਼ਿਆਦਾ ਵਧੀਆ ਨਹੀਂ ਹੈ? ਹਾਂ ਨਹੀਂ, ਸਹੀ ਹੈ, ਦੇਵ ਖਰੋੜ ਦੀ ਫਿਲਮ ਕੋਈ ਸਕਿਪ ਨਹੀਂ ਕਰਦੀ ਵੈਸੇ, ਤੇ ਵਧੀਆ ਸੀ। ਸੋ ਤੁਹਾਨੂੰ ਕਿਵੇਂ ਲੱਗੀ ਇਹ ਸਟੋਰੀ ਲੱਗੀ? ਤੁਹਾਨੂੰ ਪਤਾ ਦੇਵ ਖਰੋੜ ਦੀ ਐਕਟਿੰਗ ਤਾਂ ਆਲਵੇਜ਼ ਵਧੀਆ ਹੀ ਹੈ। ਠੀਕ ਹੈ, ਬਹੁਤ ਵਧੀਆ, ਸੋਹਣੀ ਹੈ। ਕਿੰਨਾ ਕੀ ਇੰਜੋਏ ਕੀਤਾ ਫਿਲਮ 'ਚ? ਕਿਤੇ ਬੋਰ ਹੋਏ? ਦੇਵ ਖਰੋੜ ਦੀ ਵਧੀਆ ਹੁੰਦੀ ਹੈ, ਸੋਹਣੀ ਕਰਦੀ ਹੈ, ਜੋ ਮੈਨੂੰ ਕਰ ਰੋਲ ਕਰਦਾ ਹੈ ਵਧੀਆ ਲੱਗਦਾ। ਸਟੋਰੀ ਲਾਈਨ ਕਿਤੇ ਵੀਕ ਲੱਗੀ ਹੈ? ਵਧੀਆ ਲੱਗੀ, ਚਲੋ ਠੀਕ ਹੈ। ਪਰ ਜੇ ਆਪਾਂ ਪਹਿਲਾਂ ਦੇਖੀਏ 1-2, ਉਹ ਥੋੜੀ ਜਿਹੀ ਜ਼ਿਆਦਾ ਲੱਗਦੀ ਸੀ, ਥੋੜੀ ਜਿਹੀ ਘੁੰਮਦੀ ਹੈ, ਕੋਈ ਚੀਜ਼ ਉੱਧਰਲਾ ਸੀਨ ਚੱਕ ਲਿਆ, ਉੱਧਰ ਚੱਕ ਥੋੜੀ ਲੱਗਦੀ ਹੈ, ਪਰ ਐਂਡ ਵਿੱਚ ਆ ਕੇ ਠੀਕ ਲੱਗਦੀ ਹੈ ਜੀ। ਸੋ ਤੁਹਾਨੂੰ ਕਿਵੇਂ ਲੱਗੀ ਹੈ? ਬਹੁਤ ਵਧੀਆ ਫਿਲਮ ਹੈ ਜੀ, ਬਹੁਤ ਵਧੀਆ ਐਕਟਿੰਗ ਕੀਤੀ ਦੇਵ ਖਰੋੜ ਨੇ। ਸਟੋਰੀ ਲਾਈਨ ਪਹਿਲਾਂ ਨਾਲੋਂ ਵੱਖਰੀ ਸੀ ਜਾਂ ਕਿੱਦਾਂ ਦੀ ਲੱਗੀ? ਇਹ ਵੱਖਰੀ ਸੀ ਉਹਦੇ ਨਾਲੋਂ, ਸਟੋਰੀ ਵਧੀਆ ਸੀ, ਵਧੀਆ ਐਕਟਿੰਗ ਕੀਤੀ, ਬਹੁਤ ਵਧੀਆ ਫਿਲਮ ਹੈ।